26 जनवरी नूं दिल्ली विच होण वाली किसान ट्रैक्टर परेड विच शामिल होण दे लई किसान मजदूर संघर्ष कमेटी पंजाब दे वल्लों दित्ते गए दिल्ली चलो दे सद्दे दे तहत अज कस्बा हरीके पत्तन तों सैकड़े ट्रैक्टरां ते हजारां किसान पूरे उत्साह दे नाल दिल्ली लई रवाना होए। किसान संघर्ष कमेटी पंजाब दे सूबा सकत्तर सुखविंदर सिंह सबरा की अगवाई हेठ हजारां किसानां ने मोदी सरकार खिलाफ नारेबाजी की अते दिल्ली वल चाले पाए। जिक्रयोग है कि किसान मजदूर संघर्ष कमेटी पंजाब वल्लों दिल्ली चलो दे सद्दे दे तहत जिला तरनतारन दे वख-वख जोनां तों हजारां किसान हरीके पत्तन दे गुरुद्वारा चरण कमल साहिब पातशाही दूजी अते छेवीं विखे इकट्ठे होए अते ट्रैक्टर ट्रालियां नूं किसानां ने पूरी तरह नाल शिंगारिया होया सी। किसानां विच वखरा ही उत्साह वेखण नूं मिल रहा सी जिथे नौजवान किसान पूरे जोशे खरोश दे नाल दिल्ली लई रवाना होए उथे बजुर्ग किसानां ने भी मोदी सरकार खिलाफ जम के नारेबाजी करदे होए दिल्ली वल चले पाए। इस मौके किसान मजदूर संघर्ष कमेटी पंजाब दे सूबा सकत्तर सुखविंदर सिंह सबरा ने संबोधन करदिया कहा कि जिन्ने चिर तक मोदी सरकार खेती कानूनां नूं रद्द नहीं करती उन्ना चिर तक अंदोलन जारी रहेगा। किसान मजदूर संघर्ष कमेटी पंजाब दा संगठन सकत्तर नाल पूरी सूबे दी टीम ते जिले दी टीम जोनां दीआं टीमां जिहड़ियां पूरी तैयारी दे नाल कईआं दिनां दी तैयारी ते अज वड्डे जथे जिहड़े आ उह तरन तारण जिले तों उह ब्यास तों ਉਹ ਲੁਧਿਆਣੇ ਤੋਂ ਮੋਗੇ ਤੋਂ ਮਖੂ ਤੋਂ ਜਲੰਧਰ ਤੋਂ ਕਾਫਲੇ ਰਲਣਗੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਟਰੈਕਟਰ ਟਰਾਲੇ ਜਿਹੜੇ ਬਿਲਕੁਲ ਸ਼ਿੰਗਾਰ ਕੇ ਆਧੁਨਿਕ ਘੋੜੇ ਬਣਾ ਕੇ ਚੱਲੇ ਆ। ਦੇਸ਼ ਦੇ ਹਾਕਮਾਂ ਨੇ ਹੁਣ ਤੱਕ 9 ਮੀਟਿੰਗਾਂ ਕਰਕੇ ਸਿਰਫ ਇਹਨਾਂ ਬਿੱਲਾਂ ਬਾਰੇ ਸਮਝਾਉਣ ਦੀ ਕਵਾਇਦ ਕੀਤੀ ਆ। ਅਸੀਂ ਕਹਿਣਾ ਚਾਹੁੰਦੇ ਹਾਂ ਮੋਦੀ ਮਨ ਕੀ ਬਾਤ ਨਾ ਕਰਦਾ ਆ, ਕਿਤੇ ਜਨ ਕੀ ਬਾਤ ਸੁਣ ਲੈਂਦਾ, ਆਣ ਕੇ ਇਹਨਾਂ ਅੰਦੋਲਨਾਂ ਦੇ ਵਿੱਚ ਇਹ ਬਿੱਲ ਪਾੜ ਕੇ ਡਸਟਬਿਨ ਦੇ ਵਿੱਚ ਸੁੱਟ ਦਿੰਦੇ ਉੱਥੇ ਅੰਦੋਲਨਾਂ ਜਾਣ ਕੇ, ਕਿਉਂਕਿ ਲੱਖਾਂ ਲੋਕ ਬੈਠੇ ਹੋਏ ਆ ਠੰਡ ਦੇ ਵਿੱਚ ਬੈਠੇ ਹੋਏ ਆ। ਜੇ ਸੁੱਟ ਦਿੰਦੇ ਤੇ ਦੇਸ਼ ਦੇ ਲੋਕਾਂ ਨੇ ਫਿਰ ਗੱਲ ਨੂੰ ਲਾ ਲੈਣਾ ਸੀ ਵੀ ਠੀਕ ਆ ਰਾਜੇ ਤੋਂ ਗਲਤ ਕੰਮ ਹੋ ਗਿਆ ਸੀ, ਉਹਦੀ ਉਹਨੇ ਮਾਫ਼ੀ ਮੰਗ ਲਈ ਆ। ਜੇ ਮਾਫ਼ੀ ਮੰਗ ਲਈ ਆ ਤੇ ਅਸੀਂ ਮਾਫ਼ ਕਰਨਾ ਸਾਡਾ ਫਰਜ਼ ਬਣਦਾ ਵਾ। ਸੋ ਅਜੇ ਤੱਕ ਵੀ ਧੌਣ ਦੇ ਵਿੱਚ ਆਕੜ ਵਾਲਾ ਕਿੱਲਾ ਜਿਹੜਾ ਉਹ ਗੱਡਿਆ ਹੋਇਆ ਵਾ, ਅਰਾਜਕਤਾ ਫੈਲਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਵਾ। ਅੱਜ ਵੀ ਅਜੇ ਇਹਨਾਂ ਅੰਦੋਲਨਾਂ ਨੂੰ ਨਕਲੀ ਦੱਸਿਆ ਜਾ ਰਿਹਾ। ਅਸੀਂ ਕਹਿਣਾ ਚਾਹੁੰਦੇ ਹਾਂ ਨਕਲੀ ਚੀਜ਼ ਜ਼ਿਆਦਾ ਦਿਨ ਨਹੀਂ ਚੱਲਦੀ ਹੁੰਦੀ, ਅੱਜ 56 ਦਿਨ ਹੋ ਗਏ ਆ, 7 ਬਾਰਡਰਾਂ ਦੇ ਉੱਤੇ ਮੋਰਚੇ ਲੱਗੇ ਆ, ਉਹਦੇ ਵਾਸਤੇ ਵੱਡੇ ਕਾਫਲੇ ਅੱਜ ਜਾ ਰਹੇ ਆ, ਕੱਲ੍ਹ ਵੀ ਜਾਣਗੇ, ਪਰਸੋਂ ਜਾਣਗੇ, 25 ਤਰੀਕ ਤੱਕ ਕਾਫਲੇ ਜਾ ਕੇ ਉੱਥੇ ਜਿਹੜੀ ਸਰਕਾਰ ਨੇ ਪਰੇਡ ਕਰਨੀ ਆ ਉਹਨਾਂ ਨੇ ਆਪਣੀ ਕਰਨੀ ਗਣਤੰਤਰ ਦਿਵਸ ਤੇ, ਉਹਨਾਂ ਦੇਸ਼ ਦੀਆਂ ਵੱਖ ਵੱਖ ਝਾਕੀਆਂ ਕੱਢਣੀਆਂ ਤੇ ਅਸੀਂ ਪੂਰੇ ਦੇਸ਼ ਦਾ ਵੱਖਰਾ ਸੱਭਿਆਚਾਰ ਇਕੱਠਾ ਕਰਕੇ ਵੱਖਰੀਆਂ ਵੱਖਰੀਆਂ ਝਾਕੀਆਂ ਆਉਣਗੀਆਂ। ਪੱਗ ਵਾਲਾ ਆਊਗਾ, ਧੋਤੀ ਵਾਲਾ ਵੀ ਰਹੂਗਾ, ਟੋਪੀ ਵਾਲਾ ਵੀ ਰਹੂਗਾ, ਸਾਡੀਆਂ ਮਾਵਾਂ ਭੈਣ ਆਉਣਗੀਆਂ, ਸਾਡਾ ਬੁੱਧੀਜੀਵੀ ਵਰਗ ਹੋਊਗਾ, ਪੂਰੀ ਤਰ੍ਹਾਂ ਤਰ੍ਹਾਂ ਦੀ ਵੰਨਗੀ ਜਿਹੜੀ ਸਰਕਾਰ ਨੂੰ ਵਿਖਾਵਾਂਗੇ। ਉੱਥੇ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਦਿੱਲੀ ਸੰਘਰਸ਼ ਵਿੱਚ ਡਟੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ 26 ਜਨਵਰੀ ਨੂੰ ਕੀਤੇ ਜਾ ਰਹੇ ਟਰੈਕਟਰ ਮਾਰਚ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੇ ਲਈ ਅੱਜ ਗੁਰ ਹਰਸਹਾਏ ਵਿਖੇ ਸਥਿਤ ਰੇਲਵੇ ਪਾਰਕ ਵਿੱਚ ਯੂਨੀਅਨ ਦੀ ਇੱਕ ਬੈਠਕ ਕੀਤੀ ਗਈ ਜਿਸ ਵਿੱਚ 71 ਹੋਏ ਵੱਖ-ਵੱਖ ਪਿੰਡਾਂ ਦੇ ਕਿਸਾਨ ਮੌਜੂਦ ਰਹੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜ ਕੇ ਹਰਨੇਕ ਸਿੰਘ ਮਹਿਮਾ ਪੰਜਾਬ ਦੇ ਕਮੇਟੀ ਮੈਂਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਕਿਸਾਨਾਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ 26 ਜਨਵਰੀ ਨੂੰ ਆਊਟਰ ਰਿੰਗ ਰੋਡ ਤੇ ਹੋਣ ਵਾਲੀ ਟਰੈਕਟਰ ਮਾਰਚ ਵਿੱਚ ਵੱਧ ਤੋਂ ਵੱਧ ਕਿਸਾਨ ਅਤੇ ਦੁਕਾਨਦਾਰ ਵੀਰ ਪਹੁੰਚ ਕੇ ਇਸ ਟਰੈਕਟਰ ਪਰੇਡ ਨੂੰ ਸਫਲ ਬਣਾਉਣ। ਇਸ ਮੌਕੇ ਬੋਲਦਿਆਂ ਦਰਸ਼ਨ ਸਿੰਘ ਕੜਮਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਜ਼ਿਲ੍ਹਾ ਆਗੂ ਨੇ ਦੱਸਿਆ ਕਿ 26 ਜਨਵਰੀ ਨੂੰ ਹੋਣ ਵਾਲੀ ਪਰੇਡ ਨੂੰ ਲੈ ਕੇ ਇਸ ਜ਼ਿਲ੍ਹੇ ਦੇ ਕਿਸਾਨਾਂ ਅਤੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਜ਼ਿਲ੍ਹੇ ਅਤੇ ਗੁਰੂ ਹਰਸਹਾਏ ਦੇ ਨਾਲ ਲੱਗਦੇ ਵੱਖ-ਵੱਖ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਨੌਜਵਾਨ ਇਸ ਪਰੇਡ ਵਿੱਚ ਸ਼ਾਮਲ ਹੋਣ ਦੇ ਲਈ ਜਾਣਗੇ। ਮੋਦੀ ਸਰਕਾਰ ਮੁਰਦਾਬਾਦ ਕਾਲੇ ਕਾਨੂੰਨ ਰੱਦ ਕਰੋ, ਭਾਰਤ ਦੇ ਲੋਕਾਂ ਦਾ ਇੱਕ ਜਿੰਦਾਬਾਦ। ਦੇਖੋ ਜੀ, ਸਾਡੀਆਂ 29 ਜਥੇਬੰਦੀਆਂ ਨੇ 26 ਜਨਵਰੀ ਗਣਤੰਤਰ ਦਿਵਸ ਦੇ ਉੱਤੇ ਦਿੱਲੀ ਦੇ ਵਿੱਚ ਪਰੇਡ ਕਰਨ ਦਾ ਫੈਸਲਾ ਕੀਤਾ। ਅਸੀਂ ਸਮਝਦੇ ਹਾਂ ਸਾਡਾ ਜਮਹੂਰੀ ਹੱਕ ਹੈ, ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਜਾਂਦਾ। ਜਦੋਂ ਜਵਾਨ ਦਿੱਲੀ ਦੀਆਂ ਸੜਕਾਂ ਦੇ ਉੱਤੇ ਪਰੇਡ ਕਰ ਰਿਹਾ ਹੋਵੇਗਾ ਗਣਤੰਤਰ ਦਿਵਸ ਦੀ, ਯਾਨੀ ਕਿ ਸੰਵਿਧਾਨ ਦੇ ਬਣਨ ਵਾਲੇ ਦਿਨ ਦੀ, ਤਾਂ ਉਸੇ ਦਿਨ ਉਸੇ ਸੰਵਿਧਾਨ ਨੇ ਕਿਸਾਨ ਨੂੰ ਵੀ ਅਧਿਕਾਰ ਦਿੱਤਾ ਹੈ ਕਿ ਉਹ ਪਰੇਡ ਕਰ ਸਕਦਾ ਦਿੱਲੀ ਦੇ ਵਿੱਚ। ਸੋ ਅਸੀਂ ਦਿੱਲੀ ਦੇ ਵਿੱਚ ਗਣਤੰਤਰ ਦਿਵਸ 'ਤੇ ਪਰੇਡ ਕਰਨ ਦੀ ਤਿਆਰੀ ਕਰ ਰਹੇ ਹਾਂ। ਅੱਜ ਅਸੀਂ ਬਲਾਕ ਗੁਰੂ ਹਰਸਹਾਏ ਦੇ ਵਿੱਚ ਇਕੱਠੇ ਹੋਏ ਹਾਂ। ਬਲਾਕ ਗੁਰੂ ਹਰਸਹਾਏ ਦੇ ਸਾਰੇ ਪਿੰਡਾਂ ਨੂੰ ਇਕੱਠੇ ਕਰਕੇ ਅਸੀਂ ਅੱਜ ਤੈਅ ਕਰਾਂਗੇ ਕਿ ਕਿੰਨੇ ਵਜੇ ਕਿੱਥੋਂ ਟਰੈਕਟਰਾਂ ਦਾ ਮਾਰਚ ਤੋਰਨਾ,
ਕਿਹੜੇ ਪਿੰਡ 'ਚੋਂ ਕਿੰਨੇ ਟਰੈਕਟਰ ਆਉਣਗੇ। ਇਹ ਪੂਰੀ ਤਿਆਰੀ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ 22 ਤਰੀਕ ਨੂੰ ਫਿਰੋਜ਼ਪੁਰ ਤੋਂ ਚਾਲੇ ਪਾਈਏ ਦਿੱਲੀ ਵੱਲ ਨੂੰ। ਅਤੇ ਜਿਹੜਾ ਪ੍ਰੋਗਰਾਮ ਅਸੀਂ ਉਲੀਕਿਆ ਹੋਇਆ 26 ਤਰੀਕ ਨੂੰ ਮਾਰਚ ਕਰਨ ਦਾ ਦਿੱਲੀ ਦੀ ਰਿੰਗ ਰੋਡ ਦੇ ਉੱਤੇ, ਉਹਨੂੰ ਅਸੀਂ ਨੇਪਰੇ ਚਾੜ ਸਕੀਏ। ਮੇਰਾ ਨਾਮ ਦਰਸ਼ਨ ਸਿੰਘ ਧਰਮਾ, ਭਾਰਤੀ ਕਿਸਾਨ ਯੂਨੀਅਨ ਏਕਤਾ ਟਕਾਉਣ ਦਾ ਜ਼ਿਲ੍ਹਾ ਆਗੂ ਜੀ। ਸੋ ਅਸੀਂ ਜਿਹੜੇ ਅੱਜ ਪਿੰਡਾਂ ਦੇ ਇਲਾਕੇ ਦੇ ਕਿਸਾਨ ਇਕੱਠੇ ਕੀਤੇ ਨੇ, ਅਸੀਂ 26 ਦੀ ਤਿਆਰੀ ਕਰ ਰਹੇ ਹਾਂ, ਜਿਹੜਾ 26 ਤਰੀਕ ਨੂੰ ਦਿੱਲੀ ਦੇ ਵਿੱਚ ਗਣਤੰਤਰ ਦਿਵਸ ਹੈ। ਅਸੀਂ ਵੀ, ਸਾਡਾ ਵੀ ਹੱਕ ਹੈ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਈਏ। ਅਸੀਂ ਆਪਦੇ ਕਿਸਾਨਾਂ ਨੂੰ ਔਰ ਨੌਜਵਾਨਾਂ ਨੂੰ ਬੜੇ ਤਰੀਕੇ ਦੇ ਨਾਲ ਔਰ ਉਤਸ਼ਾਹ ਦੇ ਨਾਲ ਲੈ ਕੇ ਜਾਣਾ ਦਿੱਲੀ ਵੱਲ ਨੂੰ ਕਿ ਅਸੀਂ ਜਿਹੜਾ ਪ੍ਰੋਗਰਾਮ ਕਰਨਾ ਬੜੇ ਸ਼ਾਤਮਾਈ ਪ੍ਰੋਗਰਾਮ ਕਰਨਾ ਹੈ, ਕਿਉਂਕਿ ਕਈ ਤਰ੍ਹਾਂ ਦੇ ਆ ਰਹੇ ਨੇ ਸੋਸ਼ਲ ਮੀਡੀਆ 'ਤੇ, ਫੇਸਬੁੱਕਾਂ 'ਤੇ, ਪਰ ਅਸੀਂ ਆਪਦੇ ਨੌਜਵਾਨ ਔਰ ਕਿਸਾਨ ਵੀਰਾਂ ਨੂੰ ਸ਼ਾਂਤਮਈ ਮਾਹੌਲ ਦੇ ਨਾਲ ਅਸੀਂ ਆਪਦਾ ਪਰੇਡ ਮਾਰਚ ਕਰਾਂਗੇ ਟਰੈਕਟਰਾਂ 'ਤੇ। ਕਿਸ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਪਿੰਡਾਂ 'ਚ ਜਾ ਰਹੇ ਹੋ ਤੁਸੀਂ, ਮੀਟਿੰਗਾਂ ਕਰ ਰਹੇ ਹੋ? ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਸਾਨੂੰ ਕਿਸਾਨਾਂ ਦਾ, ਨੌਜਵਾਨਾਂ ਦਾ, ਮਜ਼ਦੂਰਾਂ ਦਾ, ਦੁਕਾਨਦਾਰਾਂ ਦਾ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿਉਂਕਿ ਜਿਹੜਾ ਇਹ ਕਾਲੇ ਕਾਨੂੰਨ ਨੇ, ਇਹ ਇਕੱਲੇ ਕਿਸਾਨਾਂ 'ਤੇ ਨਹੀਂ, ਸਾਰੀ ਖਲਕਤ 'ਤੇ ਨੇ। ਹਰੀਕੇ ਪਤਨ ਤੋਂ ਸੰਜੀਵ ਕੁੰਦਰਾ ਅਤੇ ਗੁਰਹਰ ਸਹਾਇ ਤੋਂ ਕਪਿਲ ਕੰਧਾਰੀ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।